ਪੰਜਾਬੀ ਗੀਤਕਾਰ ਗਿੱਲ ਰੋਂਦਾ, ਜਿਨ੍ਹਾਂ ਨੇ ਹੁਣ ਤੱਕ ਕਈ ਹਿੱਟ ਗਾਣੇ ਪੰਜਾਬੀ 'ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ। ਉਹਨਾਂ 19 ਫਰਵਰੀ ਨੂੰ ਇੱਕ ਪੋਸਟ ਸ਼ੇਅਰ ਕੀਤੀ ਉਹਨਾਂ ਦੀ ਪਹਿਲੀ ਐਲਬਮ ਜੋ ਕੱਲ੍ਹ ਰਿਲੀਜ਼ ਹੋ ਕੇ ਹਟੀ ਹੈ, ਅਤੇ ਉਸ ਐਲਬਮ ਵਿੱਚ ਹੀ ਉਹਨਾਂ ਦਾ ਲਿਖਿਆ ਗਾਣਾ ਪਰ ਨੋਟ, ਜਿਸ ਦੇ ਬਾਰੇ ਲਿਖਦੇ ਹੋਏ ਗਿੱਲ ਰੋਂਤਾ ਨੇ ਇੱਕ ਵੀਡੀਓ ਪੋਸਟ ਕੀਤੀ। ਇਹ ਵੀਡੀਓ 2014 ਦੀ ਹੈ, ਜਦੋਂ ਗਿੱਲ ਰੋਂਤਾ ਪਹਿਲੀ ਵਾਰ ਕੈਨੇਡਾ ਗਏ ਸਨ। ਇਸ ਦੇ ਬਾਰੇ ਦੱਸਦੇ ਹੋਏ ਗਿੱਲ ਰੋਂਤਾ ਨੇ ਲਿਖਿਆ, ਪਿੰਡ ਤੇ ਯਾਰ ਜੁੱਟ ਛੱਡ ਗਏ, ਬਾਹਰ ਜਾਣਾ ਕਿੰਨਾ ਔਖਾ ਇਹ ਮੈਂ ਚੰਗੀ ਤਰ੍ਹਾਂ ਜਾਣਦਾ। ਇਹ ਵੀਡੀਓ 2014 ਦੀ ਹੈ, ਜਦੋਂ ਮੈਂ ਪਹਿਲੀ ਵਾਰ ਘਰੋਂ ਕੈਨੇਡਾ ਨੂੰ ਤੁਰਿਆ ਸੀ, ਅਤੇ ਉਹਨਾਂ ਨੇ ਆਪਣਾ ਗਾਣਾ ਪ੍ਰਮੋਟ ਇਸੇ ਤਰ੍ਹਾਂ ਬਾਹਰ ਗਏ ਲੋਕਾਂ ਨੂੰ ਡੈਡੀਕੇਟ ਕੀਤਾ ਹੈ, ਜਿਸ ਨੂੰ ਗਾਇਆ ਗੁਰਨਾਮ ਭੁੱਲਰ ਨੇ। ਤੁਹਾਨੂੰ ਦੱਸ ਦਈਏ, ਰਾਜਵੀਰ ਜਵੰਦਾ ਅਤੇ ਗੁਰਨਾਮ ਭੁੱਲਰ ਦੇ ਗਾਏ ਜ਼ਿਆਦਾਤਰ ਹਿੱਟ ਗਾਣੇ ਗਿੱਲ ਰੋਂਤਾ ਦੇ ਹੀ ਲਿਖੇ ਹੋਏ ਸਨ। ਹਿੰਮਾ ਸੰਧੂ ਦਾ ਗਾਇਆ ਹਿੱਟ ਗੀਤ ਸਾਬ, ਇਹ ਗਾਣਾ ਗਿੱਲ ਰੋਂਤਾ ਨੇ ਇਸ ਕਰਕੇ ਲਿਖਿਆ ਸੀ ਕਿਉਂਕਿ ਪਿੰਡ ਵਿੱਚ ਉਹਨਾਂ ਦੇ ਪਿਤਾ ਜੀ ਨੂੰ ਸਾਰੇ ਗਿੱਲ ਸਾਹਿਬ ਕਹਿ ਕੇ ਬੁਲਾਉਂਦੇ ਸਨ। ਗਿੱਲ ਰੋਂਤਾ ਨੇ ਗਾਣਿਆਂ ਤੋਂ ਬਾਅਦ ਫਿਲਮਾਂ ਵਿੱਚ ਵੀ ਆਪਣਾ ਹੱਥ ਅਜ਼ਮਾ ਰਹੇ ਹਨ। ਦੇਵ ਕਰੋੜ ਦੀ ਆਈ ਫਿਲਮ ਕਾਕਾ ਜੀ ਉਹਨਾਂ ਦੁਆਰਾ ਹੀ ਲਿਖੀ ਗਈ ਸੀ, ਅਤੇ ਸਿੱਧੂ ਮੂਸੇਵਾਲੇ ਦੀ ਆਉਣ ਵਾਲੀ ਫਿਲਮ ਯੈਸ ਆਈ ਐਮ ਸਟੂਡੈਂਟ ਉਹਨਾਂ ਦੁਆਰਾ ਹੀ ਲਿਖੀ ਹੋਈ ਫਿਲਮ ਹੈ। ਗਿੱਲ ਰੋਂਤਾ ਦੇ ਕੈਨੇਡਾ ਜਾਣ ਵਾਲੀ ਭਾਵੁਕ ਕਰ ਦੇਣ ਵਾਲੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ। ਹੋਰ ਵੀ ਲੇਟੈਸਟ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਰੁਤਬਾ ਪੰਜਾਬ ਦਾ।